ہماری گنتنا گنیا کئی اپنا بیرد پریشان ہاتھ دے راکھے کر اپنے ਸਦਾ ਸਦਾ ਰੰਗ ਮਾਣ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਨ ਖਾਨ ਆਪਣੇ ਦਾਸ ਕੀ ਆਪ ਪੈ ਜੁ ਰਾਖੀ ਨਾਨਕ ਸਾਧ ਕੁਰਬਾਨ ਨਾਨਕ ਸਾਧ ਕੁਰਬਾਨ ਵਾਹਿ ਵਾਹਿ ਤਨ ਗੋਇ ਦੀ ਵਾਲੀ ਦੀ ਧਰਤੀ ਪਹੰਨੇ ਦੀ ਕੁਖ ਵੱਡ ਭਾਗੀ ਸਭ ਹੋਈ ਜੂ ਪਵਿੱਤਰ ਤੇ ਸੁੱਤੀ ਕਿਸਮਤ ਜਾਗੀ ਤਨ ਮਨ ਤੇ ਧਨ ਦਾ ਮਾਲਕ ਹੈ ਦਾਸਨ ਖਲਕਤ ਸਾਰੀ ਸਤਗੁਰ ਅਰਦਨ ਤੁਹਾਡੀ ਕਥਨੀ ਤੋਂ ਬਲਹਾਰੇ ਕਰਨੀ ਤੋਂ ਲੱਖ ਲੱਖ ਵਾਰੀ ਸਤਗੁਰ ਅਰਦਨ ਤਨ ਗੋਇ ਦੀਵਾਲ ਦੀ ਧਰਤੀ ਹੰਨੇ ਦੀ ਕੁਖ ਵੱਡ ਭਾਗੀ ਸਭ ਹੋਈ ਜੂ ਪਵਿੱਤਰ ਤੇ ਸੁੱਤੀ ਕਿਸਮਤ ਜਾਗੀ ਹਨ ਮਨ ਤੇ ਧਨ ਦਾ ਮਾਲਕ ਹੈ ਦਸਨ ਖਲਕਤ ਸਾਰੀ ਸਤਗੁਰ ਅਰਜਨ ਤੁਹਾਡੀ ਕਥਨੀ ਤੋਂ ਬਲਹਾਰੇ ਕਰਨੀ ਤੋਂ ਲੱਖ ਲੱਖ ਵਾਰੀ ਸਤਗੁਰ ਅਰਜਨ ਬਾਪੂ ਨੂੰ ਮਿਲਣ ਵਧਾਈਆਂ ਜੀ ਗੁਰੂ ਮਿਲਨ ਵਧਾਈਆ ਸਿਰ ਤੇ ਹੱਥ ਰੱਖਿਆ ਨਾਨਕ ਹੇ ਨજર ਮੇਰ ਦੀ ਕੀਤੀ ਗੁਰੂ ਅਮਰਦਾਸ ਮਹਾਨੀ ਭਾਨੀ ਘਰ ਪੁੱਤ ਜਾਇਆ ਮਿਲੀ ਸੇਵਾ ਨੂੰ ਸਿੱਖਦਾਰੀ ਸਤਗੁਰ ਅਰਜਨ ਤੁਹਾਡੀ ਕਸਮੀ ਤੋਂ ਬਲਹਾਰੇ ਕਰਨੀ ਤੋਂ ਲੱਖ ਲੱਖ ਵਾਰੀ ਸਤਗੁਰ ਅਰਜਨ ਰੋਹਿਤਾ ਬਾਣੀ ਤਾਬੋਹਤਾ ਜੀ ਦੇ ਤਾ ਬਾਣੀ ਕਾਬਤਾ ਵਰਦਤਾ ਪਾਤਸ਼ਾਪੂਰੇ ਹੋਇਆ ਬਚਨ ਸਭਲ ਸਤ ਗੁਰ ਦਾ ਗੁਰ ਹੋਏ ਬਚਨ ਦੇ ਸੂਰੇ ਅਸਮਰਨ ਕਰਕੇ ਸਉਰੇਓ ਰੂਹ ਸਮਰਨ ਕਰਕੇ ਸਮਰੇ ਮਿਲੀ ਸੇਵਾ ਨੂੰ ਸਿਕਦਾ ਸਤਗੁਰ ਅਰਜਨ ਤੁਹਾਡੀ ਕਥਨੀ ਤੋਂ ਬਲਹਾਰੇ ਕਰਨੀ ਤੋਂ ਲੱਖ ਲੱਖ ਵਾਰੀ ਸਤਗੁਰ ਅਰਜਨ ਨਾਨੇ ਦੀ ਸੇਵਾ ਕੀਤੀ ਪਿਓ ਗੁਰਦਾ ਹੁਕਮ ਵਜਾਇਆ ਧਨ ਭਾਗ ਕਹੇ ਗੁਰ ਤੁਰਪੈ ਜਿੱਧਰ ਵੀ ਬਾਪ ਕਲਾ ਆ ਹਰ ਕਾ ਹਰ ਮੰਦਰ ਰੱਜ ਕੇ ਹੈ ਕੀਤੀ ਕਲਾ ਨਿਆਰੀ ਸਤਗੁਰ ਅਰਜਨ ਤੁਹਾਡੀ ਕਥਨੀ ਤੋਂ ਬਲਾਹਾਰੇ ਕਰਨੀ ਤੋਂ ਲੱਖ ਲੱਖ ਵਾਰੀ ਸਤਗੁਰ ਅਰਜਨ ਕਰਤੇ ਨੇ ਸੇਵਾ ਲਈ ਗੁਰੂ ਰਾਮਦਾਸ ਗੁਰ ਕੀਤਾ प्रिथी जीम हारी जी प्रिथी जी हम हारी गुरू अर्जुन पत पनीता कुंदन ਸਤਗੁਰ ਅਰਜਨ ਤੁਹਾਡੀ ਕਸਨੀ ਤੋਂ ਬਲਹਾਰੇ ਕਰਮੀ ਤੋਂ ਲੱਖ ਲੱਖ ਵਾਰੀ ਸਤਗੁਰ ਅਰਜਨ ਓ ਪਾਣੀ ਦਾ ਜਹਾਜ਼ ਬਣਾ ਸੁਣ ਕੇ ਸਿੱਖ ਤਰਿਆ ਬਾਣੀ ਦਾ ਜਹਾਜ਼ ਬਣਾਇਆ ਜਿਹਨੂੰ ਪਰ ਸੁਣ ਕੇ ਸਿੱਖ ਤਰਿਆ ਸਭ ਜੀਵ ਜੰਤ ਪੈ ਮੁਗਦਾ ਮੁਗਦਾ ਨੂੰ ਪੰਡਤ ਕਰਿਆ ਅਸੀਂ ਜੁਗਾ ਸੀ ਜੁਗਾ ਤੋਂ ਕਰ ਲਾਉਂਦੀ ਸੀ ਜੁਗਾ ਤੋਂ ਕਰ ਲਾਉਂਦੀ ਸਭ ਜਨਤਾ ਗਲ ਲਾ ਤਾਰੀ ਸਤਿਗੁਰ ਅਰਦਿਨ ਤੁਹਾਡੀ ਕਥਨੀ ਤੋਂ ਬਲਹਾਰੇ ਕਰਨੀ ਤੋਂ ਲੱਖ ਲੱਖ ਵਾਰੀ ਸਤਿਗੁਰ ਅਰਦਿਨ ਓ ਫਿਰ ਤਰਨ ਤਾਰਨ ਮਨ ਕਰਕੇ ਇੱਕ ਸ਼ਹਿਰ ਵਸਾਇਆ ਫਿਰ ਤਰਨ ਤਾਰਨ ਮੰਨ ਕਰਕੇ ਇੱਕ ਸੁੰਦਰ ਸ਼ਹਿਰ ਵਸਾਇਆ ਮੋਹ ਮੰਗੀਆਂ ਮਿਲ ਨ ਮਰਾਦਾ ਉਹ ਤਰਿਆ ਜੋ ਚਲਿਆ ਹਸਣ ਗਾਵਣ ਸ੍ਰਿਸ਼ਟੀ ਲਾਈ ਹਸਣ ਗਾਵਣ ਸ੍ਰਿਸ਼ਟੀ ਕੱਢ ਨਰਕਾਂ ਦੀ ਦੁਖਿਆਰੀ ਸਤਗੁਰ ਅਰਜਨ ਤੁਹਾਡੀ ਕਥਨੀ ਤੋਂ ਬਲਹਾਰੇ ਕਰਨੀ ਤੋਂ ਲੱਖ ਲੱਖ ਵਾਰੀ ਸਤਗੁਰ ਅਰਜਨ ਬੜੀ ਵੱਡੀ ਦੇਣ ਚ ਹਰਟਾ ਕਰਤਾਰ ਪੁਰਾ ਰੱਬ ਨਾਵੇ ਬੜੀ ਵੱਡੀ ਦੇਣ ਹਰਟਾ ਕਰਤਾਰ ਪੁਰਾ ਰਬ ਬਣਾਵੇ ਸ਼੍ਰੀ ਹਰ ਗੋਬਿੰਦ pur ਵਸਿਆ ਤੇਰੀ ਨਦਰ ਕਰਮ ਦੀ ਸ਼ਾਵੇ ਨਮ ਨਸੀਤਲ ਹੋਵੇ ਸਭ ਨਾ ਦੀ ਪੈਰ ਸਵਾਰੀ ਸਤਗੁਰ ਅਰਜਨ ਤੁਹਾਡੀ ਕਥਨੀ ਤੋਂ ਬਲਹਾਰੇ ਕਰਮੀ ਤੋਂ ਲੱਖ ਲੱਖ ਵਾਰੀ ਸਤਗੁਰ ਅਰਜਨ ਸੰਗਤ ਦਾ ਉੱਚਾ ਦਰਜਾ ਸੰਗਤ ਦਾ ਉੱਚਾ ਦਰਜਾ ਰੱਖਣ ਲਈ ਲੋ ਲਾਇ ਆਸਣ ਤੇਰਾ ਕੀ ਆ ਮੀਠਾ ਲਾਗੇ ਤੇਰਾ ਕੀ ਆ ਮੀਠਾ ਲਾਗੇ ਨਾ ਕੋੜਾ ਸ਼ਬਦ ਆਵਾਸਣਾ ਸ਼ਹੀਦ ਬਣ ਗਏ ਓ ਸਰਦਾਰ ਸ਼ਹੀਦਾਂ ਬਣ ਗਏ ਸਾਨੂੰ ਬੈਂਕਾ ਦੇ ਸਰਦਾਰੀ ਸਤ ਗੁਰੂ ਅਰਜਣਾ ਤੁਹਾਡੀ ਕਸਮੀ ਤੋਂ ਬਲਹਾਰੇ ਕਰਮੀ ਤੋ ਲਖ ਲਖ ਵਾਰੀ ਸਤ ਗੁਰ ਅਰਜਨ ਤਤ ਵਿਚਾਰ ਜਹੇ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜਉਣ ਗਰਭ ਨਾ ਆਇਓ ਬਹੁਤ ਹੀ ਇਤਿਹਾਸਿਕ ਸਥਾਨ ਸਿੱਖੀ ਦਾ ਤੋਰਾ ਜਿਸ ਪਵਿੱਤਰ ਸਥਾਨ ਤੇ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਨੇ ਉਹਨਾਂ ਦਾ ਪ੍ਰਕਾਸ਼ ਹੋਇਆ ਉਹ ਭਾਗਾ ਵਾਲੀ ਧਰਤੀ ਸਾਰੇ ਗੁਰੂ ਸਹਿਬਾਨਾਂ ਨੇ ਸਾਡੇ ਤੇ ਬੜੇ ਐਹਸਾਨ ਕੀਤੇ ਸਾਡੇ ਤੇ ਬੜੇ ਪਰਉਪਕਾਰ ਕੀਤੇ ਪਰ ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜੀ ਦਾ ਪਾਵਨ ਪਵਿੱਤਰ ਇਤਿਹਾਸ ਲਹੁ ਭਿਜੇ ਪੰਨਿਆਂ ਸੰਗਤ ਵਿੱਚ ਪੜੀਦੇ ਨੇ ਕਿਉਂਕਿ ਪਹਿਲਾਂ ਉਹਨਾਂ ਨੇ ਸਾਨੂੰ ਦੋ ਅੰਮ੍ਰਿਤ ਸਰੋਵਰ ਲੈ ਕੇ ਦਿੱਤੇ ਜਿਤਨਾਤਾ ਕਾਵਾ ਹਾਂਸ ਹੋ ਹੈ। ਔਰ ਫਿਰ ਸਾਸੰਗ ਜੀ ਸੰਗਤ ਦਾ ਇੱਕ ਹੀ ਹਿੱਸੇ ਦਰਜਾ ਜਦੋਂ ਚੰਦੂ ਕਪਟੀ ਦੀ ਲੜਕੀ ਦਾ ਸਾਖ ਮੋੜ ਦਿੱਤਾ ਉਹਨੇ ਗੁਰੂ ਘਰ ਨੂੰ ਮੰਗ ਖਾਣੇ ਬੜੇ ਪੈੜੇ ਕੌੜੇ ਬੋਲ ਬੋਲੇ ਤੇ ਫਿਰ ਗੁਰੂ ਪਾਤਸ਼ਾਹ ਨੇ ਸੰਗਤ ਨੂੰ ਕਿਹਾ ਕਿ ਬਾਬਾ ਬੁੱਢਾ ਜੀ ਭਾਈ ਗਰਦਾ ਜੀ ਆ ਦਿੱਲੀੋਂ ਇੱਕ ਚਿੱਠੀ ਆਈ ਏ ਕਿ ਚੰਦੂ ਕਪਟੀ ਦਾ ਰਿਸ਼ਤਾ ਨਹੀਂ ਲੈਣਾ ਕਿਸੇ ਵੀ ਪਰਿਵਾਰ ਦੀ ਕੋਈ ਵੀ ਜਾਤ ਪਾਤ ਬੰਧਨ ਦਾ ਕੋਈ ਵਖਰੇਵਾ ਨਹੀਂ ਜਿੰਨਾ ਵੀ ਸਾਡੇ ਸਹਬਜ਼ਾਦੇ ਹਰਗੋਬਿੰਦ ਨੂੰ ਰਿਸ਼ਤਾ ਕਰਨਾ ਹੋਵੇ ਤੇ ਅਸੀਂ ਉਹ ਪ੍ਰਵਾਨ ਕਰਾਂਗੇ ਫਿਰ ਸਾਧ ਸੰਗਤ ਜੀ ਉਹ ਰਿਸ਼ਤੇ ਭਾਵੇਂ ਵਿਦਵਾਨ ਲਿਖਦੇ ਨੇ ਕਿ ਤਿੰਨ ਬਾਵਾਾਂ ਇੱਕੇ ਰੀ ਖੜੀਆਂ ਹੋ ਗਈਆਂ ਕਈ ਵਿਦਵਾਨ ਲਿਖਦੇ ਨੇ ਵੀ ਤਿੰਨ ਬਾਵਾਾਂ ਇੱਕੇ ਵਾਰੀ ਸੰਗਤ ਵਿੱਚੋਂ ਖੜੀਆਂ ਹੋ ਗਈਆਂ ਉਹਨਾਂ ਧੀਆਂ ਦੇ ਉਹਨਾਂ ਸਤਕਾਰਯੋਗ ਹਸਤੀਆਂ ਦੇ ਕਿੱਡੇ ਵੱਡੇ ਭਾਗ ਸਨ ਮਾਤਾ ਦਮੋਦਰੀ ਮਾਤਾ ਮਰਵਾਈ ਤੇ ਮਾਤਾ ਨਾਨਕੀ ਇਹ ਤਿੰਨ ਰਿਸ਼ਤੇ ਮੁੜ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਪ੍ਰਵਾਨ ਕਰਨੇ ਪਏ ਸਨ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਉਸ ਦਿਨ ਤੋਂ ਤੁਹਾਡਾ ਦਰਜਾ ਗੁਰੂ ਨੇ 21 ਹਿੱਸੇ ਰੱਖਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਫਿਰ ਏਡੇ ਵੱਡੇ ਐਹਸਾਨ ਕੀਤੇ ਮੇਰੇ ਪਾਤਸ਼ਾਹ ਨੇ ਆਖਰ ਤੇ ਸਭ ਤੋਂ ਵੱਡਾ ਐਹਸਾਨ ਜਿਸ ਮਰਨੇ ਤੇ ਜਗ ਡਰੇ ਮੇਰੇ ਮਰਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮ ਆਨੰਦ ਆਓ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਭੁੱਲ ਜਾਂਦੇ ਕਾਰਨਾਮੇ ਜਿਹੜੇ ਪਿਓ ਦਾਦਿਆਂ ਦੇ ਪੌਣ ਫਟਕਾਰਾਂ ਲੋਕ ਉਹਨਾਂ ਦੀ ਔਲਾਦ ਨੂੰ ਇੰਨਾ ਪ੍ਰੋਗਰਾਮ ਵਿੱਚੋਂ ਸਾਨੂੰ ਜੀਵਨ ਜਾਚ ਮਿਲਦੀ ਹੈ ਪ੍ਰੇਰਣਾ ਮਿਲਦੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਸਾਡਾ ਫਲਸਫਾ ਕੀ ਹੈ ਸਾਡਾ ਸਿਧਾਂਤ ਕੀ ਹੈ ਸਿੱਖ ਪੰਥ ਦੀ ਸੁਪਰੀਮ ਜਥੇਬੰਦੀ ਸ਼ਰੋਮਣੀ ਗੁਰਦਾਰਾ ਪ੍ਰਬੰਧ ਕਮੇਟੀ ਹਜ਼ਾਰਾਂ ਜੁਰਮਾਨੇ ਭਰ ਕੇ ਝੰਡਾ ਨਾ ਬੰਨ ਕੇ ਸਾਡੇ ਪੁਰਖੇ ਸੜੇ ਫਿਰ ਜਾ ਕੇ ਸੰਸਥਾ ਹੋਂਦ ਵਿੱਚ ਆਈ ਗੁਰਧਾਮਾਂ ਦੇ ਪ੍ਰਬੰਧ ਵਾਸਤੇ ਅੱਜ ਸਾਥ ਸੰਗਤ ਜੀ ਕੱਲ ਦੇ ਅਸੀਂ ਇੱਥੇ ਆਏ ਆਂ ਕੱਲ ਅਲੌਕਿਕ ਨਗਰ ਕੀਰਤਨ ਗੁਰਦੁਆਰਾ ਬੌਲੀ ਸਾਹਿਬ ਤੋਂ 8:30 ਰੰਭ ਹੋਇਆ ਲਗਭਗ 4 ਵਜ ਗਏ ਇਨ੍ਹਾਂ ਸੰਗਤ ਨੇ ਸਤਕਾਰ ਕੀਤਾ ਇਨ੍ਹਾਂ ਪਿਆਰ ਕੀਤਾ ਸ਼ਬਦਾਂ ਦੇ ਘੇਰੇ ਮੁੱਕ ਜਾਂਦੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਕਿੱਡੀ ਸ਼ਰਧਾ ਨਾਲ ਕੱਲ ਵੀ ਤੇ ਅੱਜ ਵੀ ਸਾਧ ਸੰਗ ਜੀ ਇਹ ਪ੍ਰੋਗਰਾਮ ਉਲੀਕੇ ਗਏ ਨੇ ਸੇ ਕੌਮ ਦੇ ਚੜ੍ਹਦੀ ਕਲਾ ਵਾਲੇ ਮਹਾਪੁਰਖ ਸਤਕਾਰਯੋਗ ਬਾਬਾ ਦਰਸ਼ਨ ਸਿੰਘ ਜੀ ਗੁਮਟਾਲੇ ਵਾਲੇ ਜਿਨ੍ਹਾਂ ਨੇ ਸ਼੍ਰੀਮਾਨ ਸੰਤ ਬਾਬਾ ਸੋਹਣ ਸਿੰਘ ਹੋਣਾ ਦੀ ਔਰ ਸ਼੍ਰੀਮਾਨ ਬਾਬਾ ਦਇਆ ਸਿੰਘ ਜੀ ਸੁਰਸਿੰਘ ਵੇਲਾਂ ਦੀ ਗੜਵਈ ਬਣ ਕੇ ਸੇਵਾ ਕੀਤੀ ਤੇ ਅੱਜ ਉਹ ਐਸਾ ਸਿੱਖੀ ਦਾ ਬੂਟਾ ਲਾਗੇ ਨੇ ਅੱਜ ਵੀ ਸਾਧ ਸੰਗਤ ਜੀ ਜਿੱਥੇ ਜਾਂਦੇ ਨੇ ਪਤਾ ਨਹੀਂ ਕਿੰਨੇ ਅਮਰ ਸਚਾਰ ਕਰਾਉਂਦੇ ਨੇ ਔਰ ਉਹਨਾਂ ਦਾ ਜਨਮ ਨਗਰ ਹੈ ਸੁਹਾਵਾ ਨੇੜੇ ਸਤਕਾਰਯੋ ਸਾਧ ਸੰਗਤ ਜੀ ਸ੍ਰੀ ਹਾਲੀ ਸਾਹਿਬ ਕਰ ਪਰ ਮਹਾਂਪੁਰਖਾਂ ਕਦੀ ਪਿੰਡ ਦੱਸਿਆ ਹੀ ਨਹੀਂ ਚੜ੍ਹਦੀ ਕਲਾ ਦੇ ਨਾਲ ਕੌਮ ਨੂੰ ਸਮਰਪਿਤ ਹੋ ਕੇ ਸੇਵਾ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਹੀ ਬੈਠੇ ਨੇ ਸਤਕਾਰਯੋਗ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਤੇ ਲੰਮੇ ਸਮੇਂ ਤੋਂ ਲਗਭਗ 25 ਸਾਲ ਤੋਂ ਇਸ ਹਲਕੇ ਦੀ ਉਹ ਨਿਮੈਂਦਗੀ ਕਰ ਰਹੇ ਨੇ ਤੇ ਜਦੋਂ ਦੇ ਉਹ ਇਸ ਖੇਤਰ ਵਿੱਚ ਆਏ ਨੇ ਰੋਜ਼ ਚੋਲੇ ਸਾਹਿਬ ਜਾ ਕੇ ਕਥਾ ਸਰਵਣ ਕਰਨੀ ਹੈ ਵਿਦਵਾਨਾਂ ਤੋਂ ਤੇ ਫਿਰ ਕਿੰਨੇ ਅੰਮ੍ਰਿਤ ਸਚਾਰ ਚੜ੍ਹਦੀ ਕਲਾ ਦੇ ਨਾਲ ਉਹ ਸੇਵਾ ਨਿਭਾਉਂਦੇ ਨੇ ਸਮਰਪਿਤ ਹੋ ਕੇ ਕੰਮ ਕਰਦੇ ਨੇ ਕਿੱਡਾ ਵੱਡਾ ਆਬਦਾ ਕਾਰੋਬਾਰ ਹੈ ਪਰ ਪੰਥ ਨੂੰ ਸਮਾਂ ਵੱਧ ਦਿੰਦੇ ਨੇ ਜੈਦਰ ਗੁਰਵਜਨ ਸਿੰਘ ਜੀ ਕਰਮੂ ਵਾਲਾ ਸਾਹਿਬ ਹੁਣੇ-ਹੁਣੇ ਖਾਲਸਾ ਸਾਜਨਾ ਦਿਵਸ ਮਨਾਇਆ ਮੈਨੂੰ ਮੱਸਾ ਸਿੰਘ ਕੁਵੀਸ਼ਰ ਦੱਸ ਰਿਹਾ ਸੀ ਕਿ ਪੌਣੇ 400 ਪ੍ਰਾਣੀ ਨੇ ਗੁਰੇ ਪੁਣੇ ਦੀ ਝੂਠ ਲਾ ਕੇ ਚੋਲਾ ਸਾਹਿਬ ਦੀ ਮੁਬਾਰਕ ਧਰਤੀ ਤੇ ਅੰਮ੍ਰਿਤ ਛਕਿਆ ਕਿਉਂਕਿ ਸਭ ਤੋਂ ਵੱਡੀ ਪ੍ਰਾਪਤੀ ਸਾਡੀ ਇਹ ਹੁੰਦੀ ਹੈ ਕਿੰਨੇ ਸਮਾਗਮ ਅਸੀਂ ਮਨਾ ਲਈਏ ਪਰ ਸਮਾਗਮ ਵਿੱਚੋਂ ਸਾਨੂੰ ਬੈਨੀਫਿਟ ਕੀ ਹੋਇਆ ਇਹ ਉਹਨਾਂ ਦੀ ਸੋਚ ਹੈ ਉਹ ਸਟੇਜ ਤੇ ਬੈਠੇ ਨੇ ਤੇ ਕਹਿੰਦੇ ਭਗਵਾਨ ਸਿਆ ਅੱਜ ਮਹਾਰਾਜ ਜੀ ਦਾ 459ਵਾਂ ਪ੍ਰਕਾਸ਼ ਪੁਰਬ ਸਮੁੱਚੇ ਵਰਲਡ ਵਿੱਚ ਮਨਾਇਆ ਜਾ ਰਿਹਾ ਹੈ ਤੇ ਤੁਸੀਂ ਸ਼ੀ ਦੀਦੀ ਗੱਲ ਅਦੋਂ ਕਰਨੀ ਹੈ ਜਦੋਂ 3 ਜੂਨ ਨੂੰ ਉਹਨਾਂ ਦਾ ਸ਼ਹੀਦੀਪੁਰ ਬਣਾ ਹੈ ਪਰ ਅੱਜ ਉਹਨਾਂ ਦੇ ਜਨਮ ਵਿੱਚ ਹੀ ਤੁਸਾ ਰਹਿਣਾ ਮੈਂ ਕਿਹਾ ਜੀ ਸੱਤ ਬਚਨ ਸਾਧੂ ਉਪਦੇਸ਼ ਆਓ ਉਹਨਾਂ ਦੇ ਜਨਮ ਦੀ ਬੜੀ ਪਿਆਰੀ ਕਵਤਾ ਮੈਂ ਤੁਹਾਡੇ ਸਾਹਮਣੇ ਕਹਿ ਕੇ ਉਹ ਤੇ ਚੱਲੇ ਸੀ ਮੈਂ ਕਿਹਾ ਜੀ ਸੁਣ ਕੇ ਜਾਣ ਦੇਣਾ ਕਿਉਂਕਿ ਅਜਿਵੇਂ ਬੜੇ ਜਿਆਦੇ ਨੇ ਤੇ ਵੱਡਾ ਮਾਣ ਉਹਨਾਂ ਵੱਲੋਂ ਕੀਤਾ ਗਿਆ ਆਪਣੇ ਪੁੱਤਰਾਂ ਦਾ ਮੈਂ ਧੰਨਵਾਦ ਕਰਦਾ ਆਓ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਜਦੋਂ ਜਨਮ ਹੋਇਆ ਭਰਾਓ ਬਾਜੂ ਮੰਡਲ ਤਹਿ ਕੁਠਿਆ ਇਸੇ ਧਰਤੀ ਦੀ ਗੱਲ ਹੈ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਦੀ ਧਰਮ ਪਤਨੀ ਮਨਸਾ ਦੇਵੀ ਜੀ ਕਹਿਣ ਲੱਗੇ ਕਿ ਸਵਾਮੀ ਜੀ ਸਾਡੀ ਜਿਹੜੀ ਧੀ ਪਾਨੀ ਹੈ ਇਸ ਵੇਲੇ ਵਰਯੋਗ ਹੈ ਸੋਣਾ ਵਰ ਕਰ ਲੱਭ ਕੇ ਇਹਦਾ ਵਿਆਹ ਕਰ ਦਈਏ ਤੇ ਮੈਂ ਚਾਹੁੰਦੀ ਆ ਉਹ ਜਿਹੜਾ ਬੱਚਾ ਜੇਠਾ ਭੱਜ ਭੱਜ ਕੇ ਲੰਗਰ ਵਿੱਚ ਸੇਵਾ ਕਰਦਾ ਹੈ ਵਿਆਸਾ ਤੋਂ ਜਾ ਕੇ ਜਲ ਲਿਆਉਂਦਾ ਹੈ ਤੇ ਨਾਲੇ ਜੰਗਲ ਵਿੱਚੋਂ ਲੱਕੜਾਂ ਲਿਆਉਂਦਾ ਹੈ ਜ਼ਿੰਦਗੀ ਦਾ ਐਸਾ ਮਨੋਰਥ ਤੁਸੀਂ ਉਹਨੂੰ ਦੱਸਿਆ ਉਹ ਸੇਵਾ ਕਰ ਕਰਕੇ ਸੇਵਾ ਰੂਪ ਹੋ ਗਿਆ ਤੇ ਮੈਂ ਚਾਹਨੀ ਇਹੋ ਜਿਹਾ ਬੱਚਾ ਚਾਹੀਦਾ ਹੈ ਇਸ ਤਰ੍ਹਾਂ ਦਾ ਸੋਹਣਾ ਸੁਨਕਾ ਫਿਰ ਮੇਹਰਾਂ ਦੇ ਘਰ ਵਿੱਚ ਆਏ ਨਮਾਨਿਆਂ ਦੇ ਮਾਨ ਨਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨਗੱਤਿਆਂ ਦੇ ਗਤ ਨਧਰਿਆਂ ਦੇ ਧਿਰ ਪਾਤਸ਼ਾਹ ਕਹਿਣ ਲੱਗੇ ਫਿਰ ਇਹਦੀ ਰਾਤ ਇਹੋ ਜੰਮਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਇਸੇ ਧਰਤੀ ਤੇ ਬਾਬੇ ਜੇਠੇ ਦੀ ਭਾਨੀ ਦੇ ਨਾਲ ਸ਼ਾਦੀ ਹੋ ਗਈ ਤੇ ਇਸੇ ਫਿਰ ਧਰਤੀ ਤੇ ਸਾ ਸੰਗਤ 1557 ਨੂੰ ਇੱਕ ਬੱਚੇ ਨੇ ਜਨਮ ਲਿਆ ਉਹਦਾ ਨਾਂ ਰੱਖਿਆ ਪਿਰਥੀਚੰਦ ਫਿਰ 1560 ਵਿੱਚ ਇੱਕ ਹੋਰ ਬੱਚੇ ਨੇ ਜਨਮ ਲਿਆ ਉਹਦਾ ਨਾਂ ਰੱਖਿਆ ਮਹਾਦੇਵ ਫਿਰ ਜਿਸ ਪਾਤਸ਼ਾਹ ਦੀ ਮੈਂ ਗੱਲ ਕਰਨ ਲੱਗਾ ਜਿਹੜਾ ਮੈਨੇਜਰ ਸਾਹਿਬ ਹੋਣਾ ਮੈਨੂੰ ਵਿਸ਼ਾ ਦਿੱਤਾ ਹੈ ਮੈਂ ਉੱਥੇ ਆਵਾਂ ਫਿਰ 15 April 1563 ਨੂੰ ਐਸੇ ਹੀ ਮubarrak ਤਰਤੀ ਤੇ ਤਨ ਜਨਨੀ ਜਨ ਜਾਇ ਤਨ ਪਿਤਾ ਪ੍ਰਦਾਨ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਜਨਮ ਹੋਇਆ ਤੇ ਕਿਵੇਂ ਭਾਈ ਗੁਰਦਾਸ ਬਾਬਾ ਬੁੱਢਾ ਸਾਹਿਬ ਭਾਈ ਮੰਜ ਭਾਈ ਬਹਿਲੋ ਇਤ ਆਦ ਗੁਰੂ ਕੇ ਸਿੱਖ ਗੁਰੂ ਰਾਮਦਾਸ ਪਾਤਸ਼ਾਹ ਨੂੰ ਵਧਾਈਆਂ ਕਿਵੇਂ ਦੇ ਰਹੇ ਨੇ ਤੇ ਮਾਂ ਪਾਨੀ ਨੂੰ ਵਧਾਈਆਂ ਕਿਵੇਂ ਮਿਲ ਰਹੀਆਂ ਇਹ ਝੋਕ ਛੰਦ ਕਵੀਸ਼ਰ ਜਥਾ ਤੁਹਾਡੇ ਸਾਹਮਣੇ ਭਗਵੰਤ ਭਗਵਾਨ ਸਿੰਘ ਸੂਰਵਿੰਡਿਆ ਸਵਰਗਵਾਸੀ ਗਿਆਨੀ ਸਰੂਪ ਸਿੰਘ ਸੂਰਵਿੰਦ ਜਿਨ੍ਹਾਂ ਦਾ ਕਰਮੋ ਵਾਲਾ ਸਾਭਨਾ ਭਰਾਵਾਂ ਵਰਗਾ ਪਿਆਰ ساری ਉਮਰ ਇਹਨਾਂ ਦੇ ਨਾਲ ਹੀ ਪੰਥ ਨਾਲ ਉਹਨਾਂ ਨਗਾਹ ਦਿੱਤੀ ਤੇ ਅੱਜ ਅਸੀਂ ਵੀ ਸਾਧ ਸੰਗ ਜੀ ਇਸੇ ਤਰ੍ਹਾਂ ਸਮਾਵਾਂ ਨਿਭਾ ਰਹੇ ਨੇ ਗਿਆਨੀ ਬਲਜੀਤ ਸਿੰਘ ਜੀ ਬਗੀਚਾ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਸੁਰ ਸਿੰਘ ਵਾਲਿਆਂ ਦਾ ਇਤਿਹਾਸਕ ਨਗਰ ਤੇ ਗਿਆਨੀ ਗੁਰਚੇਤ ਸਿੰਘ ਦੁੱਬਲੀ ਇਸੇ ਤਰ੍ਹਾਂ ਜਥਾ ਦੇਸ਼ਵ ਦੇਸ਼ ਵਿੱਚ ਸੇਵਾ ਕਰਦਾ ਹੈ ਕਿਵੇਂ ਜਦੋਂ ਪਾਤਸ਼ਾਹ ਦਾ ਇਸ ਮੁਕੱਦਸ ਧਰਤੀ ਤੇ ਜਨਮ ਹੋਇਆ ਵਾਜੂ ਮੰਡਲ ਟਹਿ ਕੁੱਟਿਆ ਧਰਤੀ ਮਹਿ ਕੁੱਠੀ ਤੇ ਕਿਵੇਂ ਵਧਾਈਆਂ ਗੁਰੂ ਰਾਮਦਾਸ ਜੀ ਨੂੰ へ ਇਉਂ ਮਿਲਣ ਜਨਮਿਆ ਜਦ ਗੋਦਵਾਲ ਵਿੱਚ ਪਾਣੀ ਦਾ ਲਾਲ ਜੀ ਨੂਰੀ ਮੁਖੜੇ ਤੇ ਚਮਕੇ ਬਹੁਤਾ ਜਲਾਲ ਜੀ ਆਇਆ ਪਰਮੇਸ਼ਰ ਬਣ ਕੇ ਤਰਤੀ ਤੇ ਬਾਲ ਜੀ ਜੋ ਵੀ ਆ ਦਰਸ਼ਨ ਕਰਦਾ ਤਪਦੇ ਦਿਲ ਲਠਾਰਦਾ ਮੁੱਖੋਂ ਜਾਸਿ ਕਰਦਾ ਜਾਵੇ ਪੰਜਵੇਂ ਦਾ ਤਾਰਦਾ ਮੁੱਖੋਂ ਜਾਸਿ ਕਰਦਾ ਜਾਵੇ ਓ ਧਰਤੀ ਅੱਜ ਗੁੰਦਵਾਲ ਦੀ ਮੈਕਾਂ ਖਸ਼ਬੋਈਆਂ ਨੇ ਅੰਬਰ ਦੇ ਵਿੱਚੋਂ ਵਰਖਾ ਫੁੱਲਾਂ ਦੀਆਂ ਹੋਈਆਂ ਨੇ ਆੜਾ ਗਵੰਡੋ ਮਾਈਆਂ ਆਕੇ ਖਲੋਈਆਂ ਨੇ گاਉਂਦੇ ਸਿਰਾਗ ਦੇਵਤੇ ਗੁੰਜਣ ਸਨਾਈਆਂ ਦੀ ਤਨ ਤਨ ਗੁਰੂ ਰਾਮਦਾਸ ਨੂੰ ਮਿਲਣ ਵਧਾਈਆਂ ਦੀ ਪੰਵੇਂ ਗੁਰਪਹਿਰਾ ਹੋ ਗਏ ਆਉ ਜਨਮ ਜਦ ਗਉਂਦਵਾਲ ਵਿੱਚ ਪਾਨੀ ਦਾ ਲਾਲ ਦੀ ਨੂਰੀ ਮੁਖੜੇ ਤੇ ਚਮਕੇ ਬਹੁਤ ਜਲਾਲ ਦੀ ਆਇਆ ਪਰਮੇਸ਼ਰ ਬਣ ਕੇ ਤਰਤੀ ਤੇ ਬਾਲ ਜੀ ਜੋ ਵੀ ਆ ਦਰਸ਼ਨ ਕਰਦਾ ਤਪਦੇ ਦਿਲ ਠਾਰਦਾ ਮੁੱਖੋਂ ਜਾਸਿ ਕਰਦਾ ਜਾਵੇ ਪੰਜਵੇਂ ਦਤਾਰਦਾ ਮੁੱਖੋਂ ਜਾਸਿ ਕਰਦਾ ਜਾਵੇ ਤਰਤੀ ਅੱਜ ਗੋਇੰਦਵਾਲ ਜੀ

ਤਨ ਤਨ ਗੁਰੂ ਰਾਮਦਾਸ ਨੂੰ ਮਿਲਣ ਵਧਾਈਆਂ ਦੀ ਪਨਵੇਂ ਗੁਰਪਹਿਰਾ ਹੋ ਗਏ ਆਓ ਕਰਿਆ ਗਰੀਬਾਂ ਤਾਈਂ ਹੱਥੀ ਪੁੰਨ ਦਾਨ ਦੀ ਭਾਨੀ ਦੇ ਵੇੜੇ ਲੱਗੀ ਰੌਣਕ ਮਹਾਨ ਜੀ ਤੀਜੇ ਗੁਰੂ ਅਮਰਦਾਸ ਨੇ ਦੇ ਤੇ ਵਰਦਾਨ ਜੀ ਚੁੱਕਣਾ ਹੈ ਬੋਝ ਇਸ ਨੇ ਸਾਰੇ ਸੰਸਾਰ ਦਾ ਮੁੱਖੋਂ ਜਸ ਕਰਦਾ ਜਾਵੇ ਪੰਜਵੇਂ ਦਤਾਰ ਦਾ ਮੁੱਖੋਂ ਜਸ ਕਰਦਾ ਜਾਵੇ ਆ ਦਿਸਤਾ ਬਹੁਤ ਹਰੇ ਅਲੀਆਂ ਪਾ ਕੇ ਸੀ ਚਰਨ ਸਤ ਗੁਰਾਂ ਕਰੀਆਂ ਖੁਸ਼ ਹਲੀਆਂ ਸੰਗਤਾਂ 'ਵਿਚ ਖੁਸ਼ੀ ਦੇ ਝੂਮਣਾ ਹੋਈਆਂ ਮਤਵਾਲੀਆਂ ਮੁੱਖੋਂ ਕੁਰਬਾਨੀ ਗਾ ਕੇ ਖੁਸ਼ੀਆਂ ਮਨਾਇਆਂ ਤਨ ਤਨ ਗੁਰੂ ਰਾਮਦਾਸ ਨੂੰ ਮਿਲਣ ਵਧਾਈਆਂ ਦੀ ਪੰਵੇਂ ਗੁਰ ਪਹਿਰਾ ਹੋ ਗਏ ਆਉ ਜਨਮ ਆ ਜਦੋਂ ਤੀਜਾ ਬੇਟਾ ਜਨਮ ਆ ਜਦੋਂ ਤੀਜਾ ਬੇਟਾ ਮਾਪੇ ਖੁਸ਼ਹਾਲ ਨੇ ਮੰਡੇ ਮਠਿਆਈਆਂ ਵਾਲੇ ਪਰ ਪਰ ਕੇ ਥਾਲ ਨੇ ਬਹੁਤਿਆਂ ਵਿੱਚ ਦਿਲਾਂ ਦੇ ਉਠ ਦੇ ਸੰਵਾਲ ਨੇ ਬਾਲਕੇ ਰੂਪ ਦਾਪਦਾ ਰੱਬੀ ਅਵਤਾਰ ਦਾ ਮੁਖੋ ਜਸ ਕਰਦਾ ਜਾਵੇ ਪੰਜਵੇਂ ਦਾਤਾਰ ਦਾ ਮੁੱਖੋਂ ਜਸ ਕਰਦਾ ਜਾਵੇ ਪਾਨੀ ਤੇ ਡੱਟਾ ਦਿਲ ਵਿੱਚ ਕਰਦੇ ਵਿਚਾਰ ਨੇ ਟੁੱਟਾ ਸਤਿਗੁਰ ਮੇਰਾ ਕੀਤੀ ਮੇਰ ਨਰੰਕਾਰ ਨੇ ਕਰਦੇ ਫੇਰੇ ਰੱਬ ਦਾ ਦਿਲ ਵਿੱਚ ਸ਼ੁਕਰ ਗੁਜਾਰਨੇ ਖੁਸ਼ੀਆਂ ਦੀਆਂ ਘੜੀਆਂ ਸਦੀ ਰਹਿਮਤ ਨਾਲ ਆਈਆਂ ਜੀ ਤਨ ਤਨ ਗੁਰੂ ਰਾਮਦਾਸ ਨੂੰ ਮਿਲਣ ਵਧਾਈਆਂ ਰੀ ਹਨਵੇਂ ਗੁਰਪਹਿਰਾ ਹੋ ਗਏ ਓ ਧਰਤੀ ਏ ਗਉਂਦਵਾਲ ਦੀ ਓ ਧਰਤੀ ਏ ਗਉਂਦਵਾਲ ਦੀ ਬਹੁਤ ਹੀ ਰਮਣੀਕ ਹੈ ਲਿਖਣ ਦੀ ਮਹਿਮਾ ਕਲਮ ਨੂੰ ਨਾਹੀਂ ਤਫੀਕ ਹੈ ਪਰ ਮਾਤੇ ਭਗਤੀ ਜਿੱਤੇ ਉਸ ਦੀ ਹਕੀਕਤ ਹੈ ਉੱਥੇ ਇੱਕ ਪ੍ਰੇਮ ਦਾ ਸਾਗਰ ਠਾਟਾ ਹੈ ਮਾਰਦਾ ਮੁੱਖੋਂ ਦਸ ਕਰਦਾ ਜਾਵੇ ਪੰਜਵੇਂ ਦਤਾਰ ਦਾ ਮੁੱਖੋਂ ਦਸ ਕਰਦਾ ਜਾਵੇ ਲਿਖ ਕੇ ਜਸ ਸਤ ਗੁਰ ਦੀ ਦਾ ਕਵੀਆਂ ਨੇ ਗਾਇਆ ਏ ਹਰੀ ਪ੍ਰਤਖ ਹੋ ਗਿਆ ਪਟਾ ਵੜ ਆਇਆ ਏ ਬਾਣੀ ਕਬੋਇ ਥਾਤੀ ਜੇ ਸਤ ਗੁਰ ਫਰਮਾਇਆ ਏ ਲਿਖੀਆਂ ਡ ਕਲਮ ਤਾਰੀਫਾਂ ਸੰਗਤਾਂ ਵਿੱਚ ਗਾਇਆ ਜੀ ਤਨ ਤਨ ਗੁਰੂ ਰਾਮਦਾਸ ਨੂੰ ਮਿਲਨ ਵਧਾਈਆਂ ਦੀ ਪਹਿਵੇਂ ਗੁਰ ਪੈਦਾ ਹੋ ਗਏ ਕਰਮਵਾਲਾ ਸਾਹਿਬ ਹੁਣ ਤੁਸੀਂ ਜਾ ਸਕਦੇ ਜੀ ਕਿਉਂਕਿ ਤੁਹਾਡਾ ਨਾਂ ਮੈਂ ਵਾਅਦਾ ਕੀਤਾ ਸੀ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਕਿਉਂਕਿ ਪਿਤਾ ਗਿਆਨੀ ਸਰੂਪ ਸਿੰਘ ਹੋਣਾ ਨੇ ਜਿ ਤਰ੍ਹਾਂ ਮਹਾਂਪੁਰਖਾਂ ਨੇ ਗੜਵਈ ਬਣ ਕੇ ਸਹਿਬ ਬਾਬਾ ਸੋਹਣ ਸਿੰਘਾਣਾ ਦੀ ਬਾਬੇ ਦਇਆ ਸਿੰਘਾਣਾ ਦੀ ਸੇਵਾ ਕੀਤੀ ਸੇਵਾ ਉਹਨਾਂ ਕੀਤੀ ਨੰਨ ਅਹੀਂ ਲੈ ਰਹੇ ਆ ਇਸ ਕਰਕੇ ਤੁਹਾਡੀ ਬਖਸ਼ਿਸ਼ ਹੈ ਬਰਕਤ ਹੈ ਮਾਪੁਰਖਾਂ ਦੀ ਤੁਹਾਡਾ ਪਿਆਰ ਹੈ ਪੰਜ ਵਾਰ ਤੁਹਾਡੇ ਬੱਚੇ ਕੈਨੇਡਾ ਜਾ ਕੇ ਆਏ ਅਮਰੀਕਾ ਇੰਗਲੈਂਡ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਸਤਗੁਰ ਸੰਗ ਕੀਰੇ ਹਮ ਥਾਪੇ ਆਓ 25 ਮਿੰਟ ਮੇਰਾ ਸੰਗਤ ਇਸ ਇਤਿਹਾਸਕ ਸਥਾਨ ਤੇ ਜਨਮ ਸਥਾਨ ਤੇ ਪਹੁੰਚੀਏ ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਮੈਂ ਅਰਦਾਸ ਕਰਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ